अनेक विधि समझा
Thank you.
there against them is not a problem. ਬੜੇ ਤਰ੍ਹਾਂ ਨਹੀਂ ਹੈਗੀਆਂ ਜਿਨ੍ਹਾਂ ਦੇ ਕਰਕੇ ਪਾਣੀ ਛੱਡ ਲਿਆ ਇੱਧਰ ਉੱਧਰ ਖੜ੍ਹੇ ਬੈਠੇ ਹੈ ਸਾਰੇ ਹੀ ਸਾਜਨ ਦੇ ਪਾਵਨ ਚਰਨਾਂ ਵਿੱਚ ਆ ਕੇ ਨਤਮਸਤਕ ਹੋਈਏ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਅਤੇ ਦੁਰਲੱਭ ਵੱਡਾ ਤੁਹਾਡੀ ਮੇਰੀ ਸਾਰਿਆਂ ਦੀ ਗੁਰੂ ਨਾਨਕ ਗੁਰਮਤ ਅਨੁਸਾਰ ਸਾਂਝ ਬਣਾਵੇ ਗੁਰੂ ਮਜ਼ਦੂਰੀ ਵਿੱਚ ਦਾਸ ਸਮੂਹ ਸੰਗਤਾਂ ਨੂੰ ਫਤਿਹ ਅਰਜ ਕਰਦਾ ਗੁਰੂ ਨੂੰ ਸੀਸ ਨਵਾਉਂਦੇ ਨਮਸਕਾਰ ਕਰਦੇ ਹੋਏ ਸਾਰੀ ਸੰਗਤ ਫਤਿਹ ਪ੍ਰਵਾਨ ਕਰਿਓ ਗੱਲ ਗਿਆ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਬੜੇ ਆਲਮ ਖਾਦਰ ਬੜੇ ਬੜੇ ਵਿਦਵਾਨ ਕਥਨ ਕਰਦੇ ਉਹਨਾਂ ਦੇ ਬੋਲ ਸੁਣਦੇ ਹਾਂ ਉਹਦੇ ਵਿੱਚ ਕੀਰ ਪੈਗੰਬਰ ਮੌਲਵੀ ਅਵਤਾਰ ਰੱਬ ਦੀਆਂ ਮਹਾਨ ਸ਼ਖਸੀਅਤਾਂ ਆ ਜਾਂਦੀਆਂ ਫਿਰ ਉਹਨਾਂ ਦੇ ਵਿੱਚ ਧਰਮ ਹੋ ਜਾਂਦੇ ਆ ਔਰ ਉਹ ਧਰਮ ਜਿਹੜੇ ਨੇ ਸਾਧ ਸਤਿਕਾਰ ਧਰਮਾਂ ਦੇ ਕੁਝ ਆਗੂ ਹੁੰਦੇ ਆ ਕੋਈ ਪਾਦਰੀ ਹੈ ਕੋਈ ਗੁਰੂ ਹੈ ਕੋਈ ਸਾਧੂ ਮਹਾਤਮਾ ਹੈ ਕੋਈ ਫਕੀਰ ਹੈ ਕੋਈ ਪੀਰ ਹੈ ਵੱਖ ਵੱਖ ਧਰਮਾਂ ਦੇ ਧਾਰਮਿਕ ਆਗੂ ਨੇ ਦਾਨਸ਼ਵੰਦ ਆਲਮ ਆਜਮ ਅਤੇ ਵਿਦਵਾਨ ਲੋਕਾਂ ਨੇ ਧਰਮ ਦੇ ਬੜੇ ਬੜੇ ਆਗੂਆਂ ਨੇ ਇੱਕ ਗੱਲ ਮੰਨੀ ਹੈ ਸਾਰੇ ਧਰਮ ਦੇ ਗ੍ਰੰਥਾਂ ਨੇ ਕਿ ਜਿਹੜਾ ਪਰਮਾਤਮਾ ਉਹ ਇੱਕ ਹੈ ਸਾਰੇ ਧਰਮਾਂ ਦੇ ਰਹਿਣ ਪੀਰ ਪੈਗੰਬਰ ਅਵਤਾਰ ਪੌਲਗੀ ਦਾਨਸ਼ਵੰਦ ਆਦਿ ਲੋਕ ਇੱਕ ਗੱਲ ਨਾਲ ਸਹਿਮਤ ਨੇ ਕਿ ਪਰਮਾਤਮਾ ਜਿਹੜਾ ਉਹ ਇੱਕ ਹੈ ਉਹਦਾ ਵਿਕਾਸ ਉਹਦੀ ਪਹਿਚਾਣ ਉਹਦੀ ਜਿਹੜੀ ਸਾਜੀ ਹੋਈ ਸ੍ਰਿਸ਼ਟੀ ਹੈ ਪਰ ਅਸੀਂ ਉਹਦੇ ਵਿੱਚ ਵੇਖਿਆ ਨਹੀਂ ਬੜਾ ਵੱਡਾ ਵਿਸਥਾਰ ਹੈ ਪ੍ਰਸਾਰ ਹੈ ਪਹਿਲਾਂ ਪਰਮਾਤਮਾ ਹੀ ਤੁਸੀਂ ਹੁਣ ਸਾਧ ਸੰਗਤ ਉਹਦੀ ਕਾਇਨਾਤ ਵੱਧ ਰਹੀ ਹੈ ਗੁਰੂ ਦਾ ਸਾਰਾ ਵੱਧ ਗਿਆ ਹੈ ਉਹਨੇ ਸਭ ਤੋਂ ਪਹਿਲਾਂ ਕੀ ਨੂੰ ਸਾਧਿਆ ਹੈ ਧਿਆਨ ਦੇਣਾ ਹੈ ਜਦੋਂ ਅਸੀਂ ਸਾਧ ਸੰਗਤ ਉਹ ਕਥਾ ਸੁਣਦੇ ਹਾਂ ਇੱਕ ਕਥਾ ਦਾ ਪ੍ਰਕਾਰ ਹੁੰਦਾ ਵਿਸ਼ਾ ਹੁੰਦਾ ਸਬਜੈਕਟ ਹੁੰਦਾ ਉਹਦਾ ਕਲਾ ਪ੍ਰਕਾਰ ਹੁੰਦਾ ਉਹਦੀ ਸ਼ੁਰੂਆਤ ਹੁੰਦੀ ਹੈ ਅਸੀਂ ਸਰੋਤੇ ਸਿਆਣੇ ਸੱਜਣ ਜਦੋਂ ਬਹਿ ਕੇ ਉਹਨੂੰ ਸੁਣਦੇ ਹਾਂ ਤਾਂ ਸ਼ੁਰੂ ਤੋਂ ਇਹ ਗੱਲ ਦਾ ਕੋਈ ਜਾਇਜ ਕੀ ਕਰਨਾ ਨਜੋੜ ਕੀ ਕਰਨਾ ਉਹਨਾਂ ਤੁਹਾਡੇ ਨਾਲ ਗੱਲ ਸ਼ੁਰੂ ਕੀਤੀ ਕਿ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਵਿਦਵਾਨ ਨੇ ਵਕਤਾ ਨੇ ਦਾਨਸ਼ਵੰਦ ਨੇ ਆਲਮ ਖਾਜਮ ਨੇ ਪੀਰ ਪੈਗੰਬਰ ਗੌਰੀਏ ਨੇ ਇੱਕ ਗੱਲ ਨਾਲ ਸਹਿਮਤ ਨੇ ਕਿ ਪਰਮਾਤਮਾ ਜਿਹੜਾ ਕੋਈ ਉਹਨੂੰ ਗੌਰ ਕਹਿੰਦਾ ਕੋਈ ਅੱਲਾਹ ਕਹਿੰਦਾ ਕੋਈ ਭਗਵਾਨ ਕਹਿੰਦਾ ਕੋਈ ਰਾਮ ਕਹਿੰਦਾ ਕੋਈ ਉਹਨੂੰ ਵਾਹਿਗੁਰੂ ਕਹਿੰਦਾ ਕੋਈ ਕੁਛ ਕਹਿੰਦਾ ਪਰ ਹੈ ਕੋਈ ਹੈ ਪਰਮਾਤਮਾ ਇੱਕ ਤੋਂ ਬਾਅਦ ਉਹਨੇ ਕੀ ਬਣਾਇਆ ਉਹਨੇ ਸਭ ਤੋਂ ਪਹਿਲਾਂ ਆਪਣੀ ਕੁਦਰਤ ਦੀ ਰਚਨਾ ਕੀਤੀ ਵਾਹਿਗੁਰੂ ਨੇ ਕੁਦਰਤ ਕੁਦਰਤ ਦੇ ਕਈ ਨਾਮ ਆ ਜਾਂਦੇ ਨੇ ਅਸੀਂ ਕੁਦਰਤ ਨੂੰ ਸ਼ਕਤੀ ਵੀ ਕਹਿੰਦੇ ਹਾਂ ਅਸੀਂ ਕੁਦਰਤ ਨੂੰ ਕਲਾ ਵੀ ਕਹਿੰਦੇ ਹਾਂ ਅਸੀਂ ਕੁਦਰਤ ਨੂੰ ਮਾਇਆ ਵੀ ਕਹਿੰਦੇ ਹਾਂ ਮਾਇਆ ਸ਼ਕਤੀ ਕਲਾ ਕੁਦਰਤ ਇੱਕੋ ਹੀ ਚੀਜ਼ ਹੈ ਕੀ ਪਰਮਾਤਮਾ ਨੇ ਕੁਦਰਤ ਨੂੰ ਸਾਜਿਆ ਗੁਰਬਾਣੀ ਕਹਿੰਦੀ ਹੈ ਗੱਲ ਹੁਣ ਸਮਝ ਧਿਆਨ ਨਾਲ ਦੱਸਾਂ ਕਿ ਗੱਲ ਦੀ ਪਹਿਲੀ ਪੌੜੀ ਵਿੱਚ ਮਹਾਰਾਜ ਵਰਣਨ ਕਰਦੇ ਆ ਕਹਿੰਦੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਪਰਮਾਤਮਾ ਕਿਸੇ ਦਾ ਬਣਾਇਆ ਨਹੀਂ ਆਪੀ ਨੇ ਆਪ ਸਾਜੋ ਤੇ ਪ੍ਰਕਾਸ਼ ਹੈ ਕਿਤੇ ਨਿਰਗੁਣ ਸੀ ਕਿਤੇ ਸਾਜੋ ਹੋ ਗਿਆ ਕਿਤੇ ਸਾਜੋ ਸੀ ਕਿਤੇ ਨਿਰਗੁਣ ਹੋ ਗਿਆ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਤੇ ਫਿਰ ਉਹਨੇ ਦੂਸਰੀ ਗੱਲ ਦੂਰੀ ਕੁਦਰਤ ਸਾਜੀ ਹੈ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੂਰੀ ਕੁਦਰਤ ਸਾਜੀ ਹੈ ਤਾਂ ਆਸਣ ਵੇਖੋ ਚਾਵੇ ਇੱਕ ਪਰਮਾਤਮਾ ਦੂਜੀ ਉਹਦੀ ਕੁਦਰਤ ਮਾਇਆ ਅੱਗੇ ਕੁਦਰਤ
ਖਾਣ ਬਹੁਤ ਰਚ ਦੀਨੀ। ਕਹਿੰਦੇ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਨੇ ਅਤੇ ਜੇਲ੍ਹ ਤੋਂ ਪੈਦਾ ਹੋਣ ਵਾਲੇ, ਪਸੀਨੇ ਮੁੜਕੇ ਤੋਂ ਪੈਦਾ ਹੋਣ ਵਾਲੇ ਇਹ ਧਰਤੀ 'ਚੋਂ ਪੈਦਾ। ਸੋ ਟਰਾਕ ਵਿੱਚ ਗੁਰੂ ਨਾਨਕ ਦੇ ਬਚਨ ਨੇ, ਅੰਡ 'ਚ ਜੇਲ੍ਹ 'ਚ ਸੇਤ 'ਚ ਬੁੱਧ ਭੁੱਜ ਤੇਰੇ ਕੀਤੇ ਜਨਤਾ। ਚਾਰ ਖਾਣੀਆਂ ਆ ਗਈਆਂ, ਅੱਗੇ ਪੰਜ ਤੱਤ ਨੇ। ਪੰਜਾਂ ਤੱਤਾਂ ਦੇ ਵਿੱਚੋਂ ਕਿਹੜੇ ਕਿਹੜੇ ਤੱਤ ਨੇ? ਹਵਾ, ਪਾਣੀ, ਅੱਗ, ਧਰਤੀ ਅਤੇ ਆਕਾਸ਼। ਇਹਨਾਂ ਪੰਜਾਂ ਤੱਤਾਂ ਦੀ ਅੰਸ ਸਾਡੇ ਵਿੱਚ ਹੈ। ਹਵਾ, ਪਾਣੀ, ਧਰਤੀ, ਆਕਾਸ਼ ਅਤੇ ਅੱਗ। ਇਹ ਸਰੀਰ ਪੰਜਾਂ ਤੱਤਾਂ ਦਾ ਰਚਿਆ। ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਪੰਜਾਂ ਤੱਤਾਂ ਦਾ ਰਚਿਆ ਸਤ ਸੰਗਤ। ਪੰਜਾਂ ਤੱਤਾਂ ਦੀ ਰਚਨਾ ਤੋਂ ਬਾਅਦ 25 ਪ੍ਰਕਿਰਤੀਆਂ ਆ ਗਈਆਂ, ਤੱਤਾਂ ਦੇ ਸੁਭਾਅ ਆ ਗਏ। ਜਿਵੇਂ ਅੱਗ ਦਾ ਸੁਭਾਅ ਹੈ ਸਾੜਨਾ, ਗਰਮ ਹੋਣਾ, ਜਿੱਥੇ ਅੱਗ ਧਰੋਗੇ ਸੜੂਗਾ, ਉਹ ਗਰਮ ਹੋਊਗਾ, ਤਪੂਗਾ, ਜਿੱਥੇ ਬਰਫ ਰੱਖੋਗੇ ਠੰਡਾ ਹੋਊਗਾ। ਇਹ ਤੱਤਾਂ ਦੇ ਸੁਭਾਅ ਦੇ 25 ਪ੍ਰਕਿਰਤੀਆਂ ਜਿਹੜੀਆਂ ਮੇਰੇ ਕੋਲ ਇੰਨਾ ਸਮਾਂ ਨਹੀਂ। ਪੰਜਾਂ ਤੱਤਾਂ ਤੋਂ ਬਾਅਦ 25 ਪ੍ਰਕਿਰਤੀਆਂ, 25 ਪ੍ਰਕਿਰਤੀਆਂ ਤੋਂ ਬਾਅਦ 84 ਲੱਖ ਹੋਣ ਪਾਤਸ਼ਾਹ ਕਹਿੰਦੇ ਨੇ ਕੋਈ ਨਹੀਂ ਤੁਹਾਡੀ।
अपने संसार में यात्रा करके विवश जीत और भी ये संसार में परिवार में पुत्र धिया में संबंधियां रिश्तेदार और सारे आशीर्वाद लह के साथ सकते हो सभी काल को छोटा दे गए असि उन्होंने अंतम संस्कार दे अंतम संस्कार कह दिए तो कह दिए दशहरा कह दिए सब भाग्य सब और साथ सकते हो सारिया गलों की कोई राजा पर समकर मारे ऐसो काल बारे
ਬਾਲ ਕਰਨ ਮੁੰਡੇ ਹਨ ਜਿਹੜੇ ਸਾਧ ਸੰਭਾਲ ਜਵਾਨੀ ਹੈ ਵਿਰਧ ਫੁਰਤੀ ਹੁੰਦੀ ਮੌਤ ਦਾ ਉਮਰ ਦੇ ਨਾਲ ਕੋਈ ਸੰਬੰਧ ਨਹੀਂ ਹੈ ਉਹ ਜੰਮਦੇ ਬੱਚੇ ਦੇ ਲਈ ਵੀ ਉਹੀ ਮੌਤ ਹੈ ਉਹ 100 ਸਾਲ ਦੇ ਬੁੱਢੇ ਲਈ ਵੀ ਉਹੀ ਮੌਤ ਹੈ ਸਾਧ ਸੰਗਤ ਵਿੱਚ ਕੋਈ ਸੰਬੰਧ ਨਹੀਂ ਮੈਂ ਗੱਲ ਕਰ ਰਿਹਾ ਸੀ ਦੁਨੀਆ ਦਾ ਬੰਦਾ ਸਾਧ ਸੰਗਤ ਜੋ ਕਹਿੰਦਾ ਮੇਰਾ ਸਭ ਕੁਝ ਮੇਰਾ ਹੈ ਪਰ ਇੱਥੇ ਮੌਤ ਆਉਂਦੀ ਹੈ ਲਲਕਾਰਾਂ ਮਾਰ ਕੇ ਇਹਨੂੰ ਸਾਧ ਸੰਗਤ ਦੇ ਸਮਝਦਾ ਜੀ ਇਹਨੂੰ ਕਹਿ ਦੀ ਤੂੰ ਆਪਣਾ ਮੰਦੀ ਮੈਂ ਮੁੰਡਾ ਜੰਮਿਆ ਰਾਵਣ ਸਾਰੀ ਦੁਨੀਆਂ ਤੋਂ ਸਿਆਣਾ ਰਾਵਣ ਸਾਰੀ ਦੁਨੀਆਂ
ਕਿਹੜੀ ਪਾਵਰ ਕਿੱਧਰ ਗਈ ਹਾਂ ਖਾ ਕੇ ਉੱਡ ਗਈ ਬਰੋਲੇ ਬਣ ਕੇ ਤੂੰ ਕਾਇਆ ਮੈਂ ਰੁੜਦੀ ਦੇਖੀ ਜਿਉਂ ਤਾਂ ਉੱਪਰ ਇਸ਼ਾਰੋ ਕਹਿੰਦੇ ਉਹਦੀ ਸਵਾਹ ਕਿੱਧਰ ਗਈ ਬਈ ਹਾਂ ਖਾ ਕੇ ਉੱਡ ਗਈ ਬਰੋਲੇ ਬਣ ਕੇ ਬਈ ਸੋਨੇ ਦੇ ਮੇਰੇ ਕੋਲ ਬਥੇਰੇ ਹੁੰਦੇ ਆ ਇਹ ਉਹ ਸੁਪਨਾ ਆਇਆ ਕਿ ਮੇਰਾ ਮੁੰਡਾ ਮਰ ਗਿਆ ਮੇਰੀ
घर की, मेरा हाँ हो गया, मेरा हाँ हो गया, बड़े गर्मी हो गए। साथ संगत वो कहता भी मैं अगे नहीं जाना। वजीर लोग अहलकार कह लगे नहीं पातशाह माल की गल है, काफला तो दुनिया का जेतू जो मैन है। उन्होंने कहे कि अगे तुरया जो थोड़ी दूर गया ना, एक आवाज फिर पई नेड़े जो आवाज पई, कहते सिकंदरा तू घर को मुड़ जा सजना, जो तो सत्त दिन तेरी मौत होनी है। अंदर गया अहलकारा कहता भी वापस मोड़ो, अपना हाथ ही वापस मोड़ो। अहलकार कहते नहीं पातशाह ये कमाल की गल है, असी किड़े किड़े जरनैल तेरे लागे, तो दुनिया का जेतू तेरे नेड़े मौत किए हो नहीं हसा। आखिरकार फिर अंदरों डर है पर तुर ध्यान लगे, जब थोड़ा तुरै ना चार फरिश्ते ने इस्लाम मत का कुरान शरीफ कतेब कहता है, कहते जो जीव को लैन आते हैं जिम्मे गुरु ग्रंथ साहब कहना जम लैन आते हैं, जो जम आए केस कह फटका तो मैं कशुना वसाहेगा, कबीर जम का ठेका बुरा है वो नहीं सहया कर। ਉੱਪਰ ਬੈਠੇ ਦੇ ਮੋਢਿਆਂ ਨੂੰ ਹਰੂਮ ਦਿੱਤਾ, ਕਹਿੰਦੇ ਉਹ ਸ਼ਕੰਦਰਾ ਅਸੀਂ ਮਾਰ ਤੈਨੂੰ ਇੱਥੇ ਵੀ ਦਿੰਦੇ ਪਰ ਇੱਥੇ ਤੇਰੀ ਜਗ੍ਹਾ ਨਹੀਂ। ਜਦੋਂ ਬੰਦੇ ਦੀ ਮੌਤ ਹੁੰਦੀ ਹੈ ਨਾ ਸਿਆਣੇ ਸੱਜਣ ਬੈਠੇ ਹੋ ਤੇ ਚੀਜ਼ਾਂ ਬੱਟੀਆਂ ਹੁੰਦੀਆਂ, ਦੇਸ਼ ਕਾਮ ਵਸਤੂ ਕਿਹੜੇ ਦੇਸ਼ ਵਿੱਚ ਰਹਿੰਦਾ ਸੀ, ਇੰਡੀਆ ਵਿੱਚ ਰਹਿੰਦਾ ਸੀ ਕਿਤੇ ਬਾਹਰ ਰਹਿੰਦਾ ਸੀ, ਕਾਲ ਕਿੰਨੇ ਵੱਜ ਕੇ ਕਿੰਨੇ ਮਿੰਟ ਹੋਏ ਸੀ, ਵਸਤੂ ਐਕਸੀਡੈਂਟ ਹੋ ਗਿਆ, ਅਟੈਕ ਹੋ ਗਿਆ, ਕੋਈ ਜ਼ਹਿਰੀਲੀ ਦਵਾਈ ਖਾ ਗਿਆ, ਵਸਤੂ ਕਿਸੇ ਦਾ ਬਹਾਨਾ ਚੀਜ਼ ਦਾ ਬਣਨਾ। ਸਾਧ ਸੰਗਤ ਜੀ ਕਹਿੰਦਾ ਮਾਂ ਮਾਂ ਪੁੱਤਰ ਨੂੰ ਵੇਖ, ਬੁੱਢੀ ਮਾਂ ਹੈ ਵੇਖਿਆ ਪੁੱਤਰ ਨੂੰ ਮਾਂ ਨੇ ਸਵਰਗ ਦੇ ਆ ਰਹੇ ਅੰਦਰ ਨੂੰ, ਉਹ ਕਹਿੰਦਾ ਨਹੀਂ ਮਾਂ ਮੇਰੀਆਂ ਗੱਲਾਂ ਸੁਣਦਾ, ਕਹਿੰਦੀ ਦੱਸ ਮੈਂ ਉਹਦੇ ਤੋਂ ਸੱਤ ਮੈਨੂੰ ਮਰ ਜਾਣਾ ਹੈ, ਮੇਰੇ ਕੁਝ ਨਿਯਮ ਨੇ ਮੇਰੇ ਸੰਸਕਾਰ ਦੇ ਨਾਲ, ਹਰ ਤੋਂ ਸੰਸਕਾਰ ਦੇ ਉੱਤੇ ਨਿਭਾ ਦੇ, ਉਹਦਾ ਤੂੰ ਮਰ ਜਾਏਗਾ ਤੈਨੂੰ ਮੌਤ ਮਾਰ ਦੂ। ਜਮ ਦੇਖੋ ਡਰ ਨੂੰ, ਫਰਿਸ਼ਤੇ ਦੇਖੋ ਡਰ ਨੂੰ, ਮੌਤ ਤੇਰੇ ਤੋਂ ਡਰੇ, ਇੱਕ ਟਾਈਮ ਤੇਰੇ ਤੋਂ ਖੁਦਾ ਵੀ ਡਰੇ, ਜੇ ਤੇ ਆਕਾਰ ਜਿਨ੍ਹਾਂ ਨੇ ਤੀਰ ਖੁਦਾ ਵੱਲ ਮਾਰੇ, ਇੱਕ ਦਿਨ ਸੌਂਦੇ ਕਰਕੇ ਘਰ ਦੇ ਵਿੱਚ ਉਹ ਨਹੀਂ ਨਾ ਇਹਨਾਂ ਗੱਲਾਂ ਨੂੰ ਛੱਡ ਤੂੰ, ਹੁਣ ਮੇਰੀਆਂ ਗੱਲਾਂ ਸੁਣ ਧਿਆਨ ਨਾਲ, ਜਦੋਂ ਮੇਰੀ ਮੌਤ ਹੋ ਗਈ ਨਾ ਮੇਰੀ ਆਖੀ ਤਿਆਰ ਕਰੇਗੀ, ਮੈਂ ਦੁਨੀਆਂ ਦਾ ਨਾਮ ਪਰ ਜੇਤੂ ਜਰਨੈਲ ਬਾਦਸ਼ਾਹ, ਮੇਰਾ ਜਨਾਜ਼ਾ ਪਿੰਡਾਂ ਸ਼ਹਿਰਾਂ ਦੇ ਵਿੱਚ ਵੀ ਜਾਊਗਾ, ਔਰ ਦੁਨੀਆਂ ਦੇ ਵੱਡੇ ਵੱਡੇ ਲੋਕ ਮੇਰੇ ਅਰਥੀ ਦੇ ਪਿੱਛੇ ਹੋਣਗੇ। ਮਾਂ ਪਹਿਲੀ ਬੜੀ ਅਹਿਮ ਜੀ ਗੱਲ, ਉਹ
ਹਰ ਥਾਂ 'ਤੇ ਕਿਤੇ ਹੱਡੀਆਂ ਨਿਕਲਦੀਆਂ, ਸਵਾਹ ਸੁਭਾਵਕ ਨਿਕਲ ਰਹੀ ਸੀ, ਬੜੇ ਲੋਕ ਸਾਰੇ। ਦਰਿਆ ਦਾ ਕੰਢਾ ਰੋਕ ਲਿਆ, ਪੱਥਰਾਂ ਦੀ ਕਬਰ ਗਿਣ ਲਈ, ਮਾਂ ਦੀ ਸੰਤੁਸ਼ਟੀ ਹੋ ਗਈ। ਸਾਡਾ ਆਵਾਜ਼ ਦਾ ਮਾਨ ਸ਼ਾਮ ਦਾ ਟਾਈਮ, ਮਾਂ ਨੇ
जल्दी अंदर गई, पुराना मकान, पुराने मकान के घेरा कहीं बेटा दोनों हाथ खड़े मां ने और कोई अंत के समय भागने वाले अपनी मां की सेवा में करते हैं। मां का बेटा विरोध आ कहीं बच्चा तू कुछ दिनों का सी लाया चुकिया चुप कराया मैं दुध दिता तेन प्यार दिता बेटा कुछ दिनों का सी मेरे पुत्रा उस दिन तेरे आ हाथ नक तो मक्खी अड़ाउन दे समर्थ नहीं सी अज साध संग तो परोपकार वाली मां तेरे हाथ धक्के दे के घर चो बाहर कढ़ दे तू मेरा देना दे देगा चरना से डिग के उची उची रोन लग्या कहता मां मैनू मां के परोपकार का पता नहीं सी भी मां का एडा वड्डा परोपकार होंदा साध संग माता प्रीत करे पुत खाए इस करके साध संग तो दुनिया का बादशाह होया अकबर अकबर बादशाह होया वो अकबर बादशाह की जो मां मर गई ना वो बड़े बड़े लोग आए साध संगतों के आप भोग से कह दें दशहरे से कह दें श्रद्धांजलि समारोह कह दें आए अकबर जो सब का धन्यवाद कर लगा ना जो मां का शब्द साध संगत अकबर नू आया किया अकबर के अखा में अथरू आ गए अथरू आए रुक गया गल रुक गया जो बंदे के बराग का कोई कुरना आ जाए तो बोलिया नहीं जाता साध संगत हमके लगा अहलकार कह लगे अकबर नू सियाने लोग कहते तुम पढ़े लिखे लोग हो राजे महाराजे हो आप सबना ने मरना है तो तुम इन्ना बराग क्यों करते हो मां का अफसोस वो कहता नहीं मैं मां मरी का शौक नहीं है सत्संग तो अभी सारे ने मर जाने मैनू एक चीज़ का अफसोस शौक है शब्द कहती होंगी आवाज मारती वे अक्कू अक्कू शब्द कह के अज दुनिया के लोग मैनू कोई गिफ्टा देन आता कोई धन्यवाद करना आता कोई राजभाग के दुखी लोग आते हैं कोई जाना कोई बादशाह कोई रब कोई खुदा कोई अल्लाह कोई मैं कुछ कहना है मैं सत्कार के शब्द तक रब खुदा तक कह गए पर मेरी मां ने ना मैं अपू नहीं किसी ने कहना मैं तो रोकना मैं खुश हूँ गुरु कह रहे हो कि मां साथ सदुखी हो दुनिया का एक ऐसा महान जस्म है मेरे को है नहीं समझ और विषय के उत्ते बोलना हो महात्मा खुद कहना जो आत्मा नहीं तुलसीदास जी कहते गुलाम है तैर की जुटी है और महात्मा गौतम जी कहते साध संग के रब ने भुल के बना दी इंग्लिश का राइटर कहना है शेक्सपियर वो कहता ये जिंदगी का मनोरंजन है जिसे गुरु नानक को कुछ साध संग जी अच्छे सत्कार जो सरदार हरपाल सिंह जी का विश्व पत्नी दसिया हरपाल सिंह होना ने कहते अब तो भी पच्ची साल पहला कोई शरीर भयंकर बीमारी ने मैं घेर लिया पर सुरजीत कौर ने मेरा बहुत सहयोग दिता मेरी बड़ी सेवा की और साथ संग जीओ पति ते पत्नी का इस रिश्ता जरा शरीर जुड़ू नहीं किया शरीर जुड़े तो पति ते पत्नी का रिश्ता बन गया पुछो गुरु ग्रंथ साहब को महाराज पता की कहते हैं कहते हैं भाई ये पति ते पत्नी का रिश्ता साथ संग कर एक जोत दोए मूल की धन फिर कही है सोए जिन्हें कदम आत्मा ते ख्याल एक जुड़न जिस पति पत्नी के मौत करना ख्याल ना जुड़न वो घर नर बन जाता है सो इस करके सब सचियो और माता का बहुत बड़ा योगदान इस संसार के माता सुरजीत कौर जी अपने शरीर को अपने परिवार को छड के सदर आए तेना जानिया मुख्यपति सरकारो जिनकी की दर्द है साड़ी कहना मरना भाई उन्होंने सपुत्र सत्कार योग सरदार गुरविंदर सिंह जी धारीवाल और सारे परिवार वालों अपनी सत्कार योग माता के साथ संगीओ दशहरे के संबंध में मुख रखद्या समूह संगत को सदे दिते और भोगते आईया संगत साढ़े लिए गुरु की संदेश दिंदा।
की गुरु का हुक्म है। बालक दे सो सिंह सखा बंधत है भाई, जे गुरु के भाणे विच आवे अपने भाणे छुटदा है भाई, विछड़ छोटा खावे ज्यों ज्यों तेरा हुक्म फिरै ज्यों दो बना। आपे हर इक रंग है आपे हो रंगी, जो सुभावे मानता साई कर चंगी। गुरु अमरदास महाराज शरीर दे अंतम समय संगतां दे सज्जन दे इन्ना परवार होता की आख्या महाराज ने, साडे शरीर ने सदा रहना नहीं, फिर तुसीं पुत भाई परिवार मेरा, क्योंकि सतगुर भाणे आपने मैं परिवार सताया, मत मैं पिछे कोई रोग सी सो मैं गुरु न पाया। मां प्यो का सत्कार करना सिखो भाई, अजकल दी पीढ़ी नूं सिख्या दिओ अपने बच्चों नूं। मैं देखता बिरध आश्रमां दे विच और एक लुधियाणे दा साफ संगी हो मैनूं परिवार मिलिया, उहनां दी बड़ियां 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 फैक्ट्रियां, तिन्ने भरा उहनां दी मां, मैं क्या थोड़ा पिता के नाम पर हर समय वेद वेद ना जाना है कथा कहानी। माँ प्यो पर हर रक्षा का बन मन को दाते रहे माणी, माँ प्यो पर हर नावना हर सब तीर्थ को मनवाणी। माता पिता की सेवा नहीं की थी तेन तीर भी न होता की फायदा, आओ सब माता पिता की सेवा मां सीखिए। मैं थोड़े नाल विचार की थी बीबी सुखजीत कौर जी इस संसार तो बयाना करके पिछे सत्कार भरी कारण उन्होंने सारे परिवार उनके बेटा ਕਰਦਾ ਹੈ ਪਰ ਕਹਿੰਦੇ ਐਸ ਤਰ੍ਹਾਂ ਕਾਲ ਕਮਾਨ ਤੋਂ
तुम्हाला सर्वांनी चिंता नामनी दर्शा गुरु कॉलेज वरती सकाळ मोठे नाव जुळ्या नाही तू तुझा होत समजाने मित्र अशा या पावर काळ तेरे कटकांना जाणवून तेरे साथ सांगत होता की होत समजाने मित्र सो सरस्वती बघा ਕੀਤੀ ਸੰਗਤ ਦੀ ਸੇਵਾ ਨਹੀਂ ਕੀਤੀ ਦੁੱਖ ਭਲਾਈ ਦੇ ਕੰਮ ਨਹੀਂ ਕੀਤੇ ਧਰਮ ਕਾਲ ਦੇ ਕੰਮ ਨਹੀਂ ਕੀਤੇ ਧਰਮ ਰਾਜ ਦੇ ਲੇਖਾ ਮੰਗਿਆ ਜਦੋਂ ਧਰਮ ਰਾਜ ਨੇ ਉੱਥੇ ਲੇਖਾ ਮੰਗਿਆ ਕਿਹੜਾ ਮੁੱਖ ਲੈ ਕੇ ਜਾਵੇਗਾ ਉੱਥੇ ਕਿਹੜਾ ਮੁੱਖ ਲੈ ਕੇ ਜਾਵੇਗਾ ਰੱਬ ਵੀ ਲੇਖਾ ਮੰਗਦਾ ਰੱਬ ਵੀ ਲੇਖਾ ਮੰਗਦਾ ਪਰਮਾਤਮਾ ਵੀ ਲੇਖਾ ਮੰਗਦਾ ਉੱਥੇ ਵੀ ਲੇਖਾ ਲੇਖਾ ਰੱਬ ਨੂੰ ਕੇਸੀਆ ਧਰਮ ਰਾਜ ਦਾ ਲੇਖਾ ਮੰਗਦਾ ਜਦੋਂ ਧਰਮ ਰਾਜ ਨੇ ਲੇਖਾ ਮੰਗਿਆ ਦੱਸ ਕਿੰਨੇ ਚੰਗੇ ਕਰਮ ਕੀਤੇ ਨੇ ਕਿੰਨੇ ਮਾੜੇ ਕੀਤੇ ਨੇ ਕਿੰਨੇ ਪਾਪ ਕੀਤੇ ਨੇ ਬੁਰੇ ਕਰਮ ਕੀਤੇ ਨੇ ਉੱਥੇ ਕਿਹੜਾ ਮੁੱਖ ਦਿਖਾਵੇਗਾ ਕਿੰਨਾ ਨੂੰ ਮੈਂ ਨਾਮ ਜਪਿਆ ਧਰਮ ਰਾਜ ਦਾ ਲੇਖਾ ਮੰਗਦਾ ਕਿਹੜਾ ਮੁੱਖ ਲੈ ਕੇ ਜਾਵੇਗਾ ਕਹਿਣ ਕਬੀਰ ਸੰਗਤ ਹੈ ਸਤ ਸੰਗਤ ਕੈਸੀ ਜਾਣੀ ਹੈ ਕਿਹੋ ਜਿਹੀ ਸੰਗਤ ਹੈ ਕਿਹੋ ਜਿਹੀ ਮਹਾਰਾਜ ਦੇ ਪ੍ਰਸੰਨ ਆ ਗਿਆ ਬਾਜ ਕਰੋ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਹੈ ਜਿੱਥੇ ਪਰਮਾਤਮਾ ਦਾ ਨਾਮ ਦਾ ਬਖਿਆਨ ਹੋ ਰਿਹਾ ਹੈ ਇੱਕੋ ਰੱਬ ਦੀ ਗੱਲ ਹੋ ਰਹੀ ਹੈ ਉਹ ਸੰਗਤ ਹੈ ਗੁਰੂ ਦੀ ਹਜ਼ੂਰੀ ਦੇ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਵਧਾਏ ਬੱਚਿਓ ਕਹਿਣ ਕਬੀਰ ਸੁਣੋ ਦੇ ਸੰਗਤ ਸਾਧ ਸੰਗਤ ਗੁਰੂ ਦੀ ਸੰਗਤ ਕਰਕੇ ਇਸ ਸੰਸਾਰ ਦੇ ਵਿੱਚ ਕਰਨਾ ਹੋ ਜਾਂਦਾ ਹੈ ਆਓ ਆਪਾਂ ਨੇ ਸੰਗਤ ਬਾਬਾ ਬੰਦਾ ਸਿੰਘ ਜੀ ਨੇ ਬਹੁਤ ਕੁਛ ਕਰਿਆ ਆਓ ਉਹ ਸਾਰੀ ਸੰਗਤ ਅਨੰਦ ਸਾਹਿਬ ਦੇ ਵਿੱਚ ਹਾਜ਼ਰੀ ਕਰੀਏ ਮਾਂ ਆਪਣੀ ਅਰਦਾਸ ਕੀਤੀ ਹੋਵੇਗੀ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਪ੍ਰਮੰਤ ਇੱਕ ਗੁਰੂ ਰੰਕਾ ਸਭ ਨਾਗਰਨਾ ਸਮਰੱਥ ਸੁਆਮੀ ਸੁਖਮ ਸਾਰੇ ਕਹਿਣਾ ਕਮਾਨ ਮੇਰੇ ਸਦਾ ਰਹੋ ਹਰ ਰਾਮੇ ਸਾਚੀ ਸਾਹਿਬਾ ਕਰਮਾ ਹੀ ਤਾਂ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਤੇ ਇਸ ਪਾਵੇ ਸਦਾ ਸਿਫਤ ਸਦਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਾਧ ਕਨੇਰੇ ਕਹਿ ਨਾਨਕ ਸੱਚੇ ਸਾਚਾ ਮੇਰਾ ਆਧਾਰ ਵਾਜੇ ਮਨ ਸਭ ਘਰ ਸੁਭਾਗ ਘਰ ਸੁਭਾਗ ਸਭ ਵਾਜੇ ਕਲਾ ਚੇਤਾ ਘਰ ਧਾਰੀਆ ਪੰਥ ਗੁਰੂ ਵਸ ਕੀਤੇ ਕਾਲ ਕੰਠ ਕਮਾਰਿਆ ਤੁਰ ਕਰਨ ਪਾਇਆ ਬੁੱਧ ਜਨ ਕਾ ਉਸੇ ਨਾਮ ਹਰ ਕਰ ਲਾਗੇ ਕਹਿ ਨਾਨਕ ਕਹਿ ਸੁਖ ਗੁਰੂਆ ਜਨ ਕਾ ਤਨ ਹੱਥ ਵਾਜੇ ਆਨੰਦ ਸੋਹਾਂ ਵਟ ਭਾਗੀ ਨੂੰ ਸਾਗ ਮਨੋਰਥ ਪੂਰੇ ਪਾਰ ਰਹਿ ਬ੍ਰਹਮਾ ਆਇਆ ਸਾਗਰ ਜਲ ਚੰਗੀਆਂ ਮੁਰੇ ਨਦੀਆਂ ਵਜੇ ਧੰਮ ਵਧੂ
ਕਮੇਟੀ ਆਏ ਹੋ ਫਿਰ ਅਖੰਡ ਗੁਰਤੇ ਅਮਰਦਾਸ ਰਾਮਦਾਸ ਸਤਿਗੁਰ ਸਹਾਏ ਅੱਜ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿਰਾਏ ਸ੍ਰੀ ਹਰਿਕ੍ਰਿਸ਼ਨ ਉੱਤੇ ਆਈ ਹੈ ਜਿਸ ਬਿਠੇ ਸਭ ਸਜਾਏ ਤੇਗ ਬਹਾਦਰ ਸਿਮਰਿਆ ਗੁਰਮੁਖ ਕਿਤਾਬ ਆਈ ਸਭ ਪਾਣੀ ਹੋਏ ਸਹਾਏ ਦਸੋ ਰਾਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਪਾਣੀ ਹੋਏ ਸਹਾਏ ਦਸੋ ਪਾਤਸ਼ਾਹ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਅੰਤਰ ਕੇ ਬੋਲੋ ਜੀ ਅੰਤਾਂ ਪਿਆਰਿਆਂ ਚੌਹਾਂ ਸਾਹਿਬ ਜਾਂਦਿਆਂ ਗੁਰਦਿਆਂ ਇਕੱਠਿਆਂ ਦੁੱਖਿਆਂ ਸਦੀਆਂ ਜਿਹਨਾਂ ਨਾਮ ਜਪਿਆ ਵੰਡ ਸਕਿਆ ਦੇਖ ਕਲਾਏ ਦੇਖ ਵਾਕ ਦੇਖ ਕੇ ਅੰਗਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਪਾਸਤਾ ਜੀ ਬੋਲੋ ਜੀ ਜਿਹਨਾਂ ਸਿੰਘਾਂ ਸਿੰਘ ਦੀਆਂ ਨੇ ਧਰਮ ਹੇਠ ਸ਼ੀਸ ਦਿੱਤੇ ਬੰਦ ਬੰਦ ਕਟਾਏ ਕੁੱਤਰੀਆਂ ਮਹਾਈਆਂ ਚਰਖੀਆਂ ਅਤੇ ਚੜ੍ਹੇ ਆਰਾ ਨਾਲ ਚਲਾਏ ਗਏ ਗੁਰਦੁਆਰੇ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨੂੰ ਨਹੀਂ ਖਾ ਰਿਹਾ ਸਿੱਖੀ ਕਿਸਾਨ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਰਤਾਂ ਸਰਬੰਧ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਤੋਂ ਬਚਾ ਕੇ ਉਹਨਾਂ
ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਵਿਲਾਸ ਬਖਸ਼ਣ ਕਰਨਾ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਕਰਨੀ, ਪਰਿਵਾਰ ਨੂੰ ਭਾਣਾ ਮੰਨਣ ਦਾ ਵਰ ਬਖਸ਼ਣ ਕਰਨਾ, ਮਹਾਰਾਜ ਪਰਿਵਾਰ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਭੋਗ ਦੇ ਸਮੇਂ ਪਹੁੰਚੀਆਂ ਸੰਗਤਾਂ ਦੀ ਹਾਜ਼ਰੀ ਆਪ ਜੀ ਦੇ ਦਰ 'ਤੇ ਪ੍ਰਵਾਨ ਕਰਨੀ, ਤੇਰੇ ਕੋਲ ਆਇਆ ਤਾਂ ਪ੍ਰਵਾਨ ਕਰਨਾ, ਸਮੂਹ ਸੰਗਤ ਨੂੰ ਆਪਣੇ ਦਰੋਂ ਕਰਨਾ, ਨਾਮ ਧੰਨ ਗੁਰ ਸਿੱਖੀ ਦੀ ਦਾਸ ਬਖਸ਼ਣ ਕਰਨੀ, ਮਹਾਰਾਜ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸਾਕੀ ਪਹਿਰਾਏ ਗਏ ਹਨ, ਆਪ ਜੀ ਅੰਗੀਕਾਰ ਕਰੋ, ਸੇਵਕਾਂ ਦੇ ਲੋਕ ਪਰਲੋਕ ਪੜ੍ਹਦੇ ਕੱਢਣੇ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸਾਦ ਦੀ ਦੇਹ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਗੁਰਨਾਮ ਦੀ ਰੱਖਿਆ ਹੋਵੇ, ਆਪ ਜੀ ਨਿਹਾਲਤਾ ਇਹਨਾਂ ਦੇ ਰੋਕਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰਾ ਮਿਲੋ, ਜਿਹਨਾਂ ਬਿਨਾਂ ਤੇਰਾ ਨਾਮ ਦਿੱਤਾ ਹੋਵੇ, ਨਾਨਕ ਨਾਮ ਡੰਡੀ ਕਦਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਹਦਾ ਏਕ ਕਪਨ ਗੁਣ ਕਹਿਆ
ਜਿਹੜੀ ਸੰਗੀਤ ਕੌਰ ਜੀ ਦੀ ਅਰਦਾਸ ਮੈਨੂੰ ਬੈਠੀ ਸਾਹਿਬ ਸੰਗਤ ਜੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਕਾਰਜੋ ਸੈਕਟਰੀ ਸਾਹਿਬ ਨੇ ਤਕਰੀਬਨ ਹਰ ਇੱਕ ਦਾ ਸਤਿਕਾਰ ਦੇ ਨਾਲ ਨਾਲ ਹੀ ਲਵਾਈ ਹੈ। ਸਾਧ ਸੰਗਤ ਜੀ ਜੋ ਵੀ ਕਿਸੇ ਵੀ ਦੁੱਖ ਦੇ ਵਿੱਚ ਆਪਾਂ ਸਰੀਰ ਹੁੰਦੇ ਹਾਂ ਤਾਂ ਸਤਿਗੁਰੂ ਜੀ ਦਾ ਪ੍ਰਮਾਣ ਹੈ ਕਿ ਦੁੱਖ ਵਿੱਚ ਸਰੀਰ ਹੋਇਆ ਦੁੱਖ ਘੱਟ ਜਾਂਦਾ ਹੈ ਅਤੇ ਖੁਸ਼ੀ ਦੇ ਵਿੱਚ ਸ਼ਾਮਲ ਹੋਇਆ ਖੁਸ਼ੀਆਂ 'ਚ ਵਾਧਾ ਹੁੰਦਾ ਹੈ। ਕਿਸੇ ਦਾ ਵੀ ਨਾਂ ਰਹਿ ਗਿਆ ਹੋਵੇ ਤਾਂ ਕਿਉਂਕਿ ਆਪਣਾ ਫਰਜ਼ ਹੀ ਬਣਦਾ ਹੁੰਦਾ, ਮੈਂ ਤਾਂ ਇਸ ਨੂੰ ਧੰਨਵਾਦ ਨਹੀਂ ਸਮਝਦਾ ਹੁੰਦਾ ਵੀ ਜਦੋਂ ਆਪਾਂ ਕਿਸੇ ਦੇ ਦੁੱਖ ਵਿੱਚ ਸਰੀਕ ਹੁੰਦੇ ਹਾਂ ਇਹਦੇ ਵਿੱਚ ਕੋਈ ਆਪਾਂ ਧੰਨਵਾਦ ਹੀ ਨਹੀਂ, ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਸਮਾਜਿਕ ਤੌਰ 'ਤੇ। ਸੋ ਇਸ ਵਾਸਤੇ ਜਿੰਨੇ ਵੀ ਆਪ ਸਾਰੇ ਆਏ ਹੋ ਸਾਰਿਆਂ ਦਾ ਇਸ ਪਰਿਵਾਰ ਵੱਲੋਂ ਫਿਰ ਵੀ ਜੋ ਸਮਾਜ ਦੀ ਰੀਤ ਬਣੀ ਹੈ ਸਾਰਿਆਂ ਨੂੰ ਜੁੜਨ ਜੀਆ ਕਿਹਾ ਜਾਂਦਾ ਹੈ। ਬਾਕੀ ਪਰਿਵਾਰ ਵਾਲੇ ਜੋ ਇਲਾਕੇ ਦੇ ਵਿੱਚ ਪਰਿਵਾਰ ਦਾ ਨਾਂ ਹੈ, ਮੈਂ ਵੀ ਇਸ ਪਰਿਵਾਰ ਨੂੰ ਕਈ ਵਾਰੀ ਮਿਲ ਕੇ ਗਿਆ ਹਾਂ। ਸੋ ਪਰਿਵਾਰ ਨੇ ਆਪਣੀ ਦਸਾਂ ਆਪਣੀ ਕਿਰਤ ਕਮਾਈ ਕਰਕੇ ਆਪਣਾ ਸਮਾਜ ਦੇ ਵਿੱਚ ਨਾਂ ਬਣਾਇਆ ਹੈ। ਸਤਿਗੁਰੂ ਕਿਰਪਾ ਕਰਨ ਬੀਬੀ ਸੁਰਜੀਤ ਕੌਰ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਮੈਂ ਆਪਣੇ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਵੱਲੋਂ ਪਰਿਵਾਰ ਦੇ ਦੁੱਖ ਸਰੀਕ ਹੁੰਦਾ ਹੋਇਆ ਫਤਿਹ ਅੱਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜਹਿਰਾਜ ਜੀ ਦਾ, ਸਰਦਾਰ ਨਛੱਤਰ ਸਿੰਘ ਜੀ ਸਟੈਂਡਰਡ ਕੰਬਾਈਨ ਤੋਂ, ਜਗਿੰਦਰ ਸਿੰਘ ਜੀ ਉਹ ਵੀ ਹਾਜ਼ਰੀਆਂ ਭਰਦੇ ਨੇ, ਬਰੇਸਰ ਕੰਬਾਈਨ ਤੋਂ ਜਗਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ, ਗੁਰਦਰਸ਼ਨ ਸਿੰਘ ਜੀ ਸਿੱਧੂ ਜਿਹੜੇ ਚੇਅਰਮੈਨ ਕੋਆਪਰੇਟਿਵ ਸੁਸਾਇਟੀ ਹੰਢਾਏ ਦੇ ਰਹੇ ਆ ਪ੍ਰਧਾਨ, ਬਰਨਾਲੇ ਸ਼ਹਿਰ ਮਾਰਗ ਜਿਹੜੇ ਚੇਅਰਮੈਨ ਰਹੇ ਉਹਨਾਂ ਦਾ ਵੀ ਧੰਨਵਾਦ। ਅਮਰ ਸਿੰਘ ਜੀ ਗਿੱਲ, ਅਸ਼ਵਨੀ ਆਸੂਜੀ ਸਿੱਧੀ ਪ੍ਰਧਾਨ ਉਹ ਵੀ ਹਾਜ਼ਰੀਆਂ ਭਰ ਕੇ ਗਏ ਆ, ਬਹੁਤ ਬਹੁਤ ਧੰਨਵਾਦ। ਅਖੀਰ ਦੇ ਵਿੱਚ ਜੇ ਕੋਈ ਮਿੱਤਰ ਪਿਆਰਾ ਸੱਜਣ ਪ੍ਰਸ਼ਾਦਾ ਪਾਣੀ ਛਕੇ ਬਿਨਾਂ ਰਹਿ ਗਿਆ ਹੋਵੇ, ਗੁਰੂ ਘਰ ਲੰਗਰ ਅਤੁੱਟ ਵਰਤ ਰਿਹਾ ਉਹ ਛਕ ਕੇ ਜਾਣਾ ਜੀ। ਗ੍ਰੰਥੀ ਸਿੰਘਾਂ ਦਾ ਧੰਨਵਾਦ ਜਿਹੜੇ ਗੁਰੂ ਮਹਾਰਾਜ ਦੇ ਸੇਵਾ ਦੇ ਵਿੱਚ ਤਤਪਰ ਨੇ, ਆਪਣੇ ਸਹਿਯੋਗ ਦਿੱਤਾ, ਬਹੁਤ ਬਹੁਤ ਧੰਨਵਾਦ। ਇਸ ਪਰਿਵਾਰ ਨੇ ਨਿਰਣਾ ਕਰਿਆ ਨਗਰ ਦੇ ਵਿੱਚ ਮਾਤਾ ਸੁਰਜੀਤ ਕੌਰ ਜੀ ਦੀ ਯਾਦ ਨੂੰ ਅਮਰ ਰੱਖਣ ਵਾਸਤੇ, ਜਿੱਥੇ ਵੀ ਨਗਰ ਨਿਵਾਸੀ ਲੋੜ ਮਹਿਸੂਸ ਕਰਨਗੇ ਉਹਨਾਂ ਦੀ ਯਾਦ ਦੇ ਵਿੱਚ ਜੋ ਕਹਿਣਗੇ ਉਹ ਪ੍ਰੋਗਰਾਮ ਉਸ ਸਥਾਨ ਦੇ ਉੱਤੇ ਉਹ ਮਸ਼ੀਨਰੀ ਜੋ ਚਾਹੁੰਗੇ ਉਹ ਦਿੱਤਾ ਜਾਊਗਾ। ਅਖੀਰ ਦੇ ਵਿੱਚ ਰਾਏ ਸਾਹਿਬ ਤੋਂ ਸਾਡੇ ਸਰਪੰਚ ਸਾਹਿਬ ਨੂੰ ਵੀ ਪਹੁੰਚਿਆ, ਉਹਨਾਂ ਦਾ ਵੀ ਧੰਨਵਾਦ, ਆਈਆਂ ਸੰਗਤਾਂ ਦਾ